हेलो एवरीवन, स्वागत है तुहाडा साडे यूट्यूब चैनल पैरी स्टडी ऑनलाइन ते। इस वीडियो में आप गल करन जा रहे हैं पीएस टेट पेपर वन लई मैथ दे मॉक टेस्ट दे बारे। मॉक टेस्ट का मतलब होंगे प्रैक्टिस पेपर, ठीक है, जिंदे विच तुहानू कोई 13 क्वेश्चन मिलेंगे, तुसी उन्दी की प्रैक्टिस कर सकते हो, क्योंकि जिन्ने तुसी क्वेश्चन की प्रैक्टिस करोगे उन्ना ज्यादा तुहाडे चांसिज रहेंगे पीएस टेट क्लीयर करन दे, क्योंकि मैथ एक मेन सब्जेक्ट है, 30 मार्क्स है। 30 मार्क्स जे तुसी 30 ਦੇ ਵਿੱਚੋਂ 25 26 ਵੀ ਲੈ ਗਏ ਤਾਂ ਬਾਕੀ ਪੰਜਾਬੀ ਇੰਗਲਿਸ਼ ਮਿਲਾ ਕੇ ਤੁਸੀਂ ਟੋਟਲ 90 ਨੰਬਰ ਲੈਣੇ ਹੁੰਦੇ ਆ ਜੇਕਰ ਤੁਸੀਂ ਜਨਰਲ ਕੈਟਾਗਰੀ ਵਿੱਚ ਹੋ, ਤੇ ਜੇਕਰ ਤੁਸੀਂ ਐਸਸੀ ਬੀਸੀ ਵਿੱਚ ਆਉਂਦੇ ਹੋ ਫਿਰ ਤੁਸੀਂ 82 ਨੰਬਰ ਲੈਣੇ ਹੁੰਦੇ ਆ। ਤਾਂ ਜੇ ਤੁਹਾਡੇ 25 ਪਲੱਸ ਨੰਬਰ ਆ ਗਏ ਤਾਂ ਬਾਕੀ ਤੁਸੀਂ ਚਾਰ ਸਬਜੈਕਟਾਂ ਵਿੱਚੋਂ 57 ਸਕੋਰ ਕਰਨਾ। ਜੇ ਤੁਸੀਂ 85 ਲੈਣੇ ਆ, ਸੋਰੀ 82 ਲੈਣੇ ਆ, ਤਾਂ ਉਹ ਈਜ਼ੀ ਹੋ ਜਾਂਦਾ ਕਿਉਂਕਿ ਪੰਜਾਬੀ ਵਿੱਚ ਆਲਮੋਸਟ ਸਾਰਿਆਂ ਦੇ ਲਗਭਗ 25 ਨੰਬਰ ਬਣ ਜਾਂਦੇ ਆ, ਠੀਕ ਹੈ। ਜੇਕਰ ਤੁਹਾਡੇ ਦੋ ਸਬਜੈਕਟਾਂ ਵਿੱਚੋਂ 50 ਨੰਬਰ ਬਣ ਗਏ ਤਾਂ ਆਰਾਮ ਨਾਲ ਤੁਹਾਡਾ ਪੀਐਸ ਟੈਟ ਕਲੀਅਰ ਹੋਏਗਾ। ਤਾਂ ਆਪਾਂ ਗੱਲ ਕਰਦੇ ਆ ਮੈਥ ਦੇ ਮੌਕ ਟੈਸਟ ਕਿੱਥੋਂ ਲੈ ਸਕਦੇ ਆ। ਤਾਂ ਤੁਸੀਂ ਸਾਡੀ ਐਪ ਡਾਊਨਲੋਡ ਕਰ ਸਕਦੇ ਹੋ ਪੈਰੀ ਸਟੱਡੀ ਆਨਲਾਈਨ, ਜਿੰਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਪਿਆ, ਬਾਕੀ ਪਲੇ ਸਟੋਰ ਦੇ ਉੱਪਰ ਵੀ ਅਵੇਲੇਬਲ ਹੈ। ਤਾਂ ਸਭ ਤੋਂ ਪਹਿਲਾਂ ਤੁਸੀਂ ਜਦੋਂ ਐਪ ਓਪਨ ਕਰੋਗੇ ਆਪਦੇ ਨੰਬਰ ਨਾਲ ਲੌਗਇਨ ਕਰੋਗੇ, ਲੌਗਇਨ ਕਰਨ ਤੋਂ ਬਾਅਦ ਤੁਸੀਂ ਇੱਥੇ ਜਾਓਗੇ ਸਟੱਡੀ ਮਟੀਰੀਅਲ ਦੇ ਵਿੱਚ। ਐਪ ਓਪਨ ਕਰਨ ਤੋਂ ਬਾਅਦ ਜਦ ਸਕਰੋਲ ਕਰੋਗੇ ਇਸ ਤਰ੍ਹਾਂ, ਮੈਂ ਦੁਬਾਰਾ ਕਰਕੇ ਦਿਖਾ ਦਿੰਦਾ, ਇਸ ਤਰ੍ਹਾਂ ਉੱਪਰ ਸਕਰੋਲ ਕਰੋਗੇ, ਠੀਕ ਹੈ, ਇੱਥੇ ਆ ਜਾਏਗਾ ਸਟੱਡੀ ਮਟੀਰੀਅਲ। ਸਟੱਡੀ ਮਟੀਰੀਅਲ ਦੇ ਵਿੱਚ ਤੁਸੀਂ ਜਾਓਗੇ, ਓਕੇ, ਸਟੱਡੀ ਮਟੀਰੀਅਲ ਦੇ ਵਿੱਚ ਜਦੋਂ ਗਏ ਤਾਂ ਇੱਥੇ ਆ ਜਾਏਗਾ ਤੁਹਾਡੇ ਕੋਲ ਲਾਈਨਸ ਐਂਡ ਐਂਗਲ ਮੌਕ ਟੈਸਟ ਮੈਥ, ਇੱਥੇ ਮੌਕ ਟੈਸਟ ਦਾ ਆਪਸ਼ਨ ਪਿਆ ਇੱਕ ਇਹ ਵਾਲਾ, ਠੀਕ ਹੈ। ਇਹਦੇ ਵਿੱਚ ਜਾ ਕੇ ਤੁਸੀਂ ਕੀ ਹੈ ਮੌਕ ਟੈਸਟ ਦੇਖ ਸਕਦੇ। ਉਸ ਤੋਂ ਬਾਅਦ ਪੀਐਸ ਟੈਟ ਪੇਪਰ 1 ਦੇ ਲਈ ਕੁਝ ਹੋਰ ਕੁਐਸਚਨ ਵੀ ਹੋਣਗੇ, ਇਹਦੇ ਵਿੱਚ ਵੀ ਹੋਣਗੇ, ਠੀਕ ਹੈ। ਉਸ ਤੋਂ ਬਾਅਦ ਪਰਿਮਾਪ ਖੇਤਰਫਲ ਦਾ ਆਪਣੇ ਕੋਲ ਕੀ ਆ ਗਈ ਪੀਡੀਐਫ, ਉਸ ਤੋਂ ਬਾਅਦ ਲਾਈਨਸ ਐਂਗਲ ਦੇ ਮੋਸਟ ਇੰਪੋਰਟੈਂਟ ਕੁਐਸਚਨ ਆ ਗਏ 50, ਉਸ ਤੋਂ ਬਾਅਦ ਤੁਹਾਡੇ ਕੋਲ ਮੈਥ ਟੈਸਟ ਆ ਗਿਆ, ਲਾਈਨਸ ਐਂਗਲ ਪਰਸੈਂਟੇਜ ਟੌਪਿਕ, ਪ੍ਰੋਫਿਟ ਲਾਸ, ਰਾਸ਼ੀਆਂ ਦੀ ਤੁਲਨਾ, ਮੈਥ ਅਸਾਈਨਮੈਂਟ, ਇਸ ਤਰ੍ਹਾਂ ਤੁਹਾਡੇ ਕੋਲ ਸਾਰਾ ਕੁਝ ਆ ਜਾਏਗਾ। ਪਰ ਆਪਾਂ ਗੱਲ ਮੇਨ ਮੌਕ ਟੈਸਟ ਦੀ ਕਰ ਰਹੇ ਹਾਂ, ਤਾਂ ਮੌਕ ਟੈਸਟ ਇੱਥੋਂ ਤੁਸੀਂ ਕੀ ਇਹਨੂੰ ਓਪਨ ਕਰੋਗੇ, ਠੀਕ ਹੈ। ਜਦੋਂ ਓਪਨ ਕਰੋਗੇ ਤਾਂ ਇਹਦੇ ਵਿੱਚ ਤੁਹਾਨੂੰ ਕਿ 3 ਮੌਕ ਟੈਸਟ ਮਿਲਣਗੇ, ਠੀਕ ਹੈ। ਇਹ ਆਪਣੇ ਕੋਲ ਪਹਿਲਾ ਮੌਕ ਟੈਸਟ ਹੈ, ਇਹ ਦੂਜਾ ਮੌਕ ਟੈਸਟ ਹੈ, ਇਹ ਕਿ ਆਪਣੇ ਕੋਲ ਤੀਜਾ ਮੌਕ ਟੈਸਟ ਹੈ। ਉਸ ਤੋਂ ਬਾਅਦ ਤੁਹਾਨੂੰ ਕਿ ਇਹਦੀ ਆਨਸਰ ਕੀ ਮਿਲ ਜਾਏਗੀ, ਤੁਸੀਂ ਆਨਸਰ ਕੀ ਮਿਲਣ ਤੋਂ ਬਾਅਦ ਇਹਦੇ ਕਿ ਤੁਸੀਂ ਵੈਰੀਫਾਈ ਕਰ ਸਕਦੇ ਹੋ ਤੁਹਾਡੇ ਕਿੰਨੇ ਮਾਰਕਸ ਆਏ। ਥੈਂਕ ਯੂ ਵੈਰੀ ਮੱਚ।